ਇਹਨਾਂ ਦਾ ਵਿਲੇਜ ਆਣਾ ਇਸ ਵੀ ਦੱਸਾਂ ਉਹ ਤੁਸੀਂ ਹੈਰਾਨ ਹੋਈ ਆ ਸੋ ਕਿ ਇਹਨਾਂ ਨੇ ਵਿਲੇਜ ਟੋਟਲ ਜਿਹੜੇ ਇਹਨਾਂ ਕੋਠੀਆਂ ਹੀ ਕੋਠੀਆਂ ਨੇ ਯਾਰ ਨੱਕਾ ਆ ਇਹ ਇੱਕ ਨੱਕਾ ਹੈ ਠੀਕ ਹੈ ਤੇ ਨੱਕੇ ਸਾਈਸ ਨੂੰ ਵਿਲੇ ਨਾ ਵਾਰ ਕੋਠੀਆਂ ਟਾਈਮ ਟਾਈਮ ਤਾਂ ਇੱਥੇ ਬੜੇ ਭੈਣ ਭਰਾ ਇਤੂ ਪੜੀ ਰਹਿ ਜਾਣਗੇ ਅੱਛਾ ਅੱਛਾ ਜਾ ਪਰ ਇਹ ਕੋਠੀਆਂ ਜਿਹੜੀਆਂ ਨੇ ਇਹ ਲੀਆਂ ਪਾਰ ਇਹ ਕਸ ਗੁੰਮੇ ਹੀ ਹੈ ਅੱਛਾ ਇਹ ਕਸ ਗੁੰਮੇ ਜੀ ਸ਼ੁਕਰੀਆ ਬਾਈ ਸਾਲ ਹੋਈ ਹੈ ਠੀਕ 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 ਨਾ ਇੱਥੇ ਕਾਕਰਾ ਟਾਊਨ ਅੰਦਰ ਇਹਨੇ 22 ਸਾਲ ਹੋਈ ਚੁੱਕੇ ਮਾਸ਼ਾਅੱਲਾ ਬਿਹਤਰੀਨ ਹੀ ਕਾਵ ਕੋਸ਼ਿਸ਼ ਹੋਈ ਕਾਵਿਸ਼ ਹੈ ਇੱਥੇ ਦੇ ਯੂਥ ਨਹੀਂ ਇੱਥੇ ਦੇ ਜਿਹੜੇ ਭੈਣਾਂ ਭਰਾ ਲੁਰਣੀ ਮਾਸ਼ਾਅੱਲਾ ਮੇਨ ਜਿਹੜੀ ਚੀਜ਼ ਹੈ ਨਾ ਅਸਣੀ ਜਿਹੜੀ ਜਿਹੜੇ ਅਸਲਾਮ ਵਾਲੇਕੁਮ ਪਬਲਿਕ ਕੀ ਹਾਲ ਹੈ ਸੋ ਸਾਰਿਆਂ ਦਾ ਠੀਕ ਠਾਕ ਹੋ ਮੈਂ ਚੌਧਰੀ ਅਨੀਸ ਸੋ ਦੇਖੀ ਰਹੇ ਹੋ ਯੂਟਿਊਬ ਚੈਨਲ ਅਨੀਸ ਸਕੁਆਡ ਪਬਲਿਕ ਇਸ ਟਾਈਮ ਮੈਂ ਮੌਜੂਦ ਹਾਂ ਕਾਕਰਾ ਟਾਊਨ ਦੇ ਅੰਦਰ ਔਰ ਜਿਸਾ ਕਿ ਤੁਸੀਂ ਪਤਾ ਕਿ ਲਾਸਟ ਅਸਾਂ ਕੁਝ ਵਲੋਗਾਂ ਦੇ ਅੰਦਰ ਪਿਛਲੇ ਜਿਹੜੇ ਏਰੀਆ ਨਾ ਇਸਲਾਮਗੜ੍ਹ ਹੋ ਗਿਆ ਇਸਲਾਮਗੜ੍ਹ ਨੂੰ ਅੱਗੇ ਜਿੱਥੇ ਡੇਰੀ ਕਲਾਸ ਠੀਕ ਹੈ ਬੰਗੜੀਲਾ ਇਹ ਅਸਾਂ ਇਸਨੀ ਕਵਰੇਜ ਕੀਤੀ ਸੀ ਇਸ ਟਾਈਮ ਅੱਜ ਨੇ ਵਲੋਗ ਦੇ ਅੰਦਰ ਅਸਾਂ ਤੁਸੀਂ ਦੱਸਣੇ ਜੁਲੇ ਹਾਂ ਕਾਕਰਾ ਟਾਊਨ ਨਾ ਇੱਕ ਇਹ ਜਿਹਾ ਬੜਾ ਖੂਬਸੂਰਤ ਏਰੀਆ ਹੈ ਮਾਸ਼ਾਅੱਲਾ ਸਾਨਾ ਮੌਜੂਦ ਹਨ ਉਸਮਾਨ ਬਾਈ ਨਾਲ ਹੀ ਮੋਹਿਤ ਬਾਈ ਮੋਹਿਤ ਬਾਈ ਕੀ ਹਾਲ ਹੈ ਠੀਕ ਹੋ ਹੈਗਾ ਇਹ ਜਨਾਬ ਵੀ ਸਾਨੇ ਰਿਹਾ ਸੀ ਠੀਕ ਹੈ ਸਪੈਸ਼ਲੀ ਅੱਜ ਨੇ ਵਲੋਗ ਦੇ ਅੰਦਰ ਇਹ ਸਾਡੇ ਨਾਲ ਹੁਸਨ ਔਰ ਆਪਣਾ ਜਿਹੜਾ ਏਰੀਆ ਨਾ ਆਪਣਾ ਵਿਲੇਜ ਹੈ ਇਸਨੀ ਕਵਰੇਜ ਕਰਾ ਸਰ ਇਸ ਟਾਈਮ ਅਸਾਂ ਦਖਲਦੇ ਹੋਏ ਇਸ ਜਗ੍ਹਾ ਦਾ ਨਾਮ ਹੈ ਕਾਕਰਾ ਟਾਊਨ ਕਬਸਤਾਨ ਕਬਸਤਾਨਾ ਕੋਲਾ ਬਿਲਕੁਲ ਇੱਕ ਹੋਰ ਗੱਲ ਮੈਂ ਸੁਣਨਾ ਚਾਹੁੰਦਾ ਰੋਡ ਹੈ ਕਸੂਮਾ ਰੋਡ ਹੈ ਅੱਗੇ ਕਸੂਮਾ ਰੋਡ ਹੈ ਠੀਕ ਹੈ ਤੇ ਇਹ ਜਿਹੜੀ ਏਰੀਆ ਹੈ ਕਸੂਮਾ ਇਹ ਜਣੀਆਂ ਹੈ ਰੋਕੀ ਆ ਰਹੀ ਹਾਂ ਇਹ ਵੀ ਜਾਣੀਆਂ ਦਾ ਉੱਪਰ ਹੀ ਇਸਨੀ ਆਪ ਨੂੰ ਕੋਈ ਰੋਡ ਤੋਂ ਉੱਪਰ ਹੋਣੀ ਹੈ ਠੀਕ ਹੈ ਰਾਈਟ ਇਹ ਜਨਾਬ ਕਸੂਮਾ ਰੋਡ ਹੈ ਔਰ ਕਾਕਰਾ ਟਾਊਨ ਦਾ ਬੜਾ ਸਾਹੀ ਸਕਣੀ ਉਹ ਕਬਸਤਾਨ ਸਾਰੇ ਬੜਾ ਹੀ ਹੈ ਕਬਸਤਾਨ ਮੈਂ ਨਹੀਂ ਹੈ ਹਾਂ ਮੈਂ ਕਬਸਤਾਨ ਹੀ ਹੈ ਕਾਕਰਾ ਟਾਊਨ ਠੀਕ ਹੈ ਸੋ ਇਸ ਟਾਈਮ ਕਬਸਤਾਨ ਕਾਕਰਾ ਟਾਊਨ ਇਹ ਕਹੀ ਹੈ ਇਸ ਨੂੰ ਲਾਵਾ ਹੈ ਮੁੜੀ ਇੱਕ ਪੋਠਾ ਹੈ ਬਾ ਠੀਕ ਹੈ ਸੋ ਯਕੀਨ ਕਰੋ ਕਾਫੀ ਬੜਾ ਕਬਸਤਾਨ ਹੈ ਉਸਮਾਨ ਭਾਈ ਪੁੱਛਾਂ ਕੁਝ ਸੋ ਕਹਿ ਜਨਾਬ ਦੱਸਣਾ ਚਾਹਣੇ ਹੋਏ ਖਾਸ ਕਰਕੇ ਕਬਸਤਾਨ ਸਦਕ ਯਾਨ ਇਸ ਨਵਾਰੇ ਕਬਰਸਤਾਨ ਮਾਸ਼ਾਅੱਲਾ ਕਾਫੀ ਜਿਹੜਾ ਡੈਕੋਰੇਟ ਟਾਈਪ ਨਹੀਂ ਸਕ ਕਿਤੇ ਹੋਣਾ ਨੇ ਮਤਲਬ ਕਈਆਂ ਜਗ੍ਹਾ ਨਹੀਂ ਇਸ ਭਾਈ ਅਸਾਂ ਗਏ ਆ ਕਬਰਾਂ ਉਸ ਤਰੀਕੇ ਨਾਲ ਛੇ ਨੜਾ ਲਤੀ ਮੌਜੂਦ ਨਹੀਂ ਸਨ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਓਵਰਸੀਜ਼ ਭੈਣਾ ਭਰਾ ਜਿਹੜੇ ਉਹ ਇਹਨਾਂ ਚੀਜ਼ਾਂ ਪਰ ਵੀ ਇਨਵੈਸਟ ਕਰ ਰਹੇ ਨੇ ਚੀਜ਼ਾਂ ਨਾਲ ਖਿਆਲ ਰੱਖਣੇ ਇਹਨਾਂ ਚੀਜ਼ਾਂ ਦਾ ਖਿਆਲ ਰੱਖਣੇ ਬਿਲਕੁਲ ਯਾਰ ਉਸ ਤੋਂ ਇਲਾਵਾ ਅਸਾਂ ਨੇ ਓਵਰਸੀਜ਼ ਭੈਣਾ ਭਰਾ ਜਿਤਨੇ ਨੇ ਉਹਨਾਂ ਦਾ ਸ਼ਹਿਰ ਹੈ ਤੇ ਮਾਸ਼ਾਅੱਲਾ ਤੁਹਾਨੂੰ ਤਾਂ ਕਿਹਾ ਕਿਤਨਾ ਡਿਵੈਲਪ ਹੋਇਆ ਹੈ ਬਹੁਤ ਜ਼ਿਆਦਾ ਬਾਕੀ ਇਹਨਾਂ ਦਾ ਵਿਲੇਜ ਹੈ ਜਨਾ ਜਗਾ ਵਗੈਰਾ ਸਾਰਾ ਕੁਝ ਇਨਸ਼ਾਅੱਲਾ ਇਸ ਲੋਗ ਨੇ ਅੰਦਰ ਸਾ ਕਵਰੇਜ ਕਰਸਾ ਇਹਨਾਂ ਦਾ ਵਿਲੇਜ ਹੈ ਨਾ ਇਸ ਵੀ ਦੱਸਾਂ ਔਰ ਸਾਰੇ ਹੈਰਾਨ ਹੋਇਆ ਸੋ ਕਿ ਇਹਨਾਂ ਨੇ ਵਿਲੇਜ ਟੋਟਲ ਜਿਹੜੇ ਇਹਨਾਂ ਕੋਠੀਆਂ ਹੀ ਕੋ ਤੇ ਨਕੇ ਸਾਈਸ ਕਰਨ ਵੀ ਲੈਣਾ ਵਾਰ ਕੋਠੀਆਂ ਦਾ ਅਸਾਂ ਓਵਰਸੀਜ਼ ਨਾ ਮਸਵੇਂ ਕਹਿ ਕੇ ਦੱਸਿਆ ਕਿ ਇਹ ਓਵਰਸੀਜ਼ ਨਾ ਸ਼ਹਿਰ ਹੈ ਜਿੱਥੇ ਸਾਡੇ ਭੈਣਾ ਭਰਾ ਬਾਹਰ ਹਨ ਉਹ ਖਾਸ ਕਰ ਇਨਵੈਸਟ ਇਥੇ ਕਰ ਰਹੇ ਨੇ ਜ਼ਿਲ੍ਹਾ ਮਿਰਪੁਰ ਜੀ ਸਭ ਤੋਂ ਜ਼ਿਆਦਾ ਓਵਰਸੀਜ਼ ਹਨ ਉਹ ਕਾਕਰਾ ਟਾਊਨ ਵਿੱਚ ਕਾਕਰਾ ਟਾਊਨ ਅਸਾਂ ਫੁੱਲ ਤੇ ਇਸ ਨੀ ਕਵਰੇਜ ਨਾ ਕਰੀ ਸਕਦੇ ਯਕੀਨ ਕਰੋ ਕਿ ਇਤਨਾ ਬੜਾ ਨ ਕਾਕਰਾ ਟਾਊਨ ਅਸਾਂ ਇਸ ਵਲੌਗ ਦੇ ਅੰਦਰ ਕਵਰੇ ਨਾ ਕਰੀ ਸਕਦੇ ਇਨਸ਼ਾਅੱਲਾ ਇਸ ਨਾ ਇਸ ਮੇਨ ਜਿਸ ਜਗ੍ਹਾ ਨਾ ਕਹਿੰਦਾ ਸੀ ਇਸ ਨੇ ਕਸੂਮਾ ਰੋਡ ਆ ਕਸੂਮਾ ਰੋਡ ਠੀਕ ਹੈ ਇਸ ਜਗ੍ਹਾ ਵਿਲੇਜ ਨਾ ਕਹਿੰਦਾ ਕਾਕਰਾ ਟਾਊਨ ਹੀ ਸੀ ਆਣੇ ਪਰ ਕਸੂਮਾ ਰੋਡ ਠੀਕ ਠੀਕ ਕਾਕਰਾ ਟਾਊਨ ਦੇ ਅੰਦਰ ਹੀ ਸ਼ੁਮਾਰ ਕੀਤਾ ਜਾਣਾ ਲੇਕਿਨ ਅਗਰ ਤੁਸੀਂ ਕੋਈ ਗ੍ਰਾਂ ਜਾਂ ਤੁਹਾਡੀ ਕਾਰ ਇਸ ਤਰ੍ਹਾਂ ਮਿਸ ਹੋਈ ਗਿਆ ਤੁਹਾਨੂੰ ਲਾਜ਼ਮੀ ਜਨਾਬ ਕਮੈਂਟ ਕਰ ਸਕਦੇ ਹੋ ਨੈਕਸਟ ਅਸੀਂ ਇਨਸ਼ਾਅੱਲਾ ਵਲੌਗਾਂ ਦੇ ਅੰਦਰ ਉਹ ਏਰੀਆ ਸਾਂ ਕਵਰ ਕਰਸਾਂ ਤੇ ਬਾਕੀ ਕੋਈ ਵੀ ਭੈਣਾ ਭਰਾ ਜਿਸ ਰਿਕੁਐਸਟ ਕਰਨੀ ਹੈ ਤੇ ਨੰਬਰ ਕੰਟੈਕਟ ਨੰਬਰ ਹੋਣੇ ਨੇ ਮੈਂਸ਼ਨ ਹੋਣੇ ਨੇ ਤੇ ਲਾਜ਼ਮੀ ਰਿਕੁਐਸਟ ਕਰਸੋ ਤੁਸੀਂ ਤਾਂ ਇਨਸ਼ਾਅੱਲਾ ਸੁਣੇ ਕਾਰ ਜੈਸਾ ਵੀਡੀਓ ਸੋਹਣੀ ਜੀ ਬਣਾਸਾਂ ਤੇ ਫਿਰ ਤੁਸੀਂ ਭੈਣਾ ਭਰਾ ਨਾਲ ਸ਼ੇਅਰ ਕਰਸਾਂ ਇਨਸ਼ਾਅੱਲਾ ਬਾਕੀ ਪਰਦੇਸੀ ਨੂੰ ਸਭ ਤੱਕ ਹਾਸ਼ੀ ਹੋਣੀ ਬਿਲਕੁਲ ਅਸਾਂ ਆਪਣਾ ਏਰੀਆ ਤੱਕ ਆਪਣਾ ਏਰੀਆ ਗੱਲਾਂ ਮਜ਼ੀਦ ਹੋਣੀਆਂ ਰਹਿ ਇਨਸ਼ਾਅੱਲਾ ਸਭ ਤੋਂ ਪਹਿਲੇ ਤਾਂ ਮੈਂ ਨਾ ਕਿ ਤੁਸੀਂ ਕੀ ਕਪਸੰਦ ਸਨ ਜਿਸ ਜਗ੍ਹਾ ਸਾਂ ਮੌਜੂਦ ਆ ਤੇ ਫਿਰ ਇਨਸ਼ਾਅੱਲਾ ਜਿਹੜਾ ਪੂਰਾ ਏਰੀਆ ਨਾ ਉਸ ਨੇ ਸਾਂ ਕਵਰੇਜ ਕਰਸਾਂ ਲੋ ਜੀ ਜਨਾਬ ਇਸ ਟਾਈਮ ਅਸਾਂ ਆਏ ਚੁੱਕੇ ਹਾਂ ਕਬਸਤਾਨ ਦੇ ਅੰਦਰ ਔਰ ਮੈਂ ਤੁਹਾਨੂੰ ਦੱਸਾਂ ਨਾ ਇਥੋਂ ਉੱਪਰੋਂ ਠੀਕ ਹੈ ਇਸ ਨਾਲੋਂ ਡਬਲ ਜਿਹੜਾ ਕਬਸਤਾਨ ਪਰੇ ਵੀ ਆਵੇ ਜਿਤਨਾ ਇਹ ਸੰਦਕਨੇ ਪਿਓ ਨਾ ਉੱਥੋਂ ਇਹ ਸ਼ੁਰੂ ਹੋਣਾ ਵਾ ਔਰ ਪਰਲੀ ਸਾਈਡ ਉਹ ਬੁਨ ਬੁਨ ਹੈ ਜੀ ਹਾਂ ਯਕੀਨ ਕਰੋ ਕਿ ਕਾਫੀ ਬੜਾ ਕਬਸਤਾਨ ਮੈਂ ਇਸ ਏਰੀਆ ਕਿ ਤਕਣਾ ਨਾ ਕਿ ਸਾਰੇ ਬੜਾ ਗਈ ਕਿ ਸਾ ਕਾਫੀ ਏਰੀਆਸ ਗਏ ਆ ਵੀਡੀਓਜ਼ ਵਗੈਰਾ ਬਣਾਈਆਂ ਕਬਸਤਾਨਾਂ ਦੀ ਵੀਡੀਓਜ਼ ਆਬਵੀਅਸਲੀ ਇੱਕ ਏਰੀਆ ਨੇ ਅਸਾਂ ਕਵਰੇਜ ਕਰਨੇ ਆ ਤਾਂ ਖਾਸ ਕਰੀ ਜੇ ਪਰਦੇਸੀ ਹੋਣੇ ਆਪਣੇ ਆ ਬਹੁਤ ਜ਼ਿਆਦਾ ਨਹੀਂ ਜਿਹੜੀ ਕਬਰਾਂ ਨੂੰ ਤਕਣਾ ਛਾਣੇ ਤਾਂ ਮੈਂ ਕਿ ਇਸ ਕੀ ਲਾਜ਼ਮੀ ਐਡ ਕੀਤਾ ਜਾਏ ਇਸ ਵਲੌਗ ਦੇ ਅੰਦਰ ਤਾਂ ਇਹ ਦੇਖੋ ਹਾਂ ਇਹ ਆ ਕਬਸਤਾਨ ਠੀਕ ਹੈ ਜਿਸ ਨਾਲ ਇਹ ਸੰਦਕਨੇ ਪਏ ਨੇ ਸਾਰਾ ਇਤਨਾ ਹੀ ਇਹ ਪਰੇ ਆ ਇਸ ਜਨਾਜ਼ਾਗਾਹ ਤੋਂ ਸੋ ਇਸ ਕਬਸਤਾਨ ਨਾਲੋਂ ਬੁਨਗਰ ਸਦਕ ਹੀ ਸਕੋ ਕਾਕਰਾ ਟਾਊਨ ਨਾਲ ਜਿਹੜਾ ਹੈ ਨਾ ਵਿਊ ਇਸ ਨਾਲ ਹੈ ਇਹ ਬਾਜ਼ਾਰ ਵਾਲਾ ਏਰੀਆ
ਠੀਕ ਹੈ ਅਸਾਂ ਜਿਸ ਜਗ੍ਹਾ ਮੇਨ ਅੱਜ ਕਵਰੇਜ ਕਰਨੀ ਹੈ ਨਾ ਉਹ ਇਹ ਸੁਣ ਕਿੰਨੇ ਪਏ ਹੋ ਇਹ ਉਹ ਲੰਮੀਆਂ ਸੁਣਦੀ ਸੀਗੀਆਂ ਸੁਣ ਅੱਗੇ ਉਹ ਲੰਮੀ ਲੈਣ ਹੈ ਕੋਠੀਆਂ ਨਹੀਂ ਅਸਾਂ ਇਸ ਏਰੀਏ ਨਹੀਂ ਕਵਰੇਜ ਉਹ ਕਰਨੀ ਹੈ ਇਹ ਭਾਈਰੋ ਵੀ ਜੇ ਇੱਥੇ ਨੇ ਰਿਆਸੀ ਸੋ ਆਈ ਹੋਪ ਕਿ ਸੋ ਕਿ ਇਹ ਸਾਰਾ ਜਿਹੜਾ ਏਰੀਆ ਆ ਉਹ ਪਸੰਦ ਅਸੀਂ ਫਸਟ ਆਫ ਆਲ ਚੈੱਕ ਕਰੀ ਕਿਨੋ ਕਬਸਤਾਨ ਹੈ ਕੋਈ ਸ਼ਾਰਟਸ ਫਿਰ ਇਨਸ਼ਾਅੱਲਾ ਸੁਣ ਗੱਲਾਂ ਹੋਣੀਆਂ ਸਭ ਰੰਗ ਰੰਗੀਲੇ ਬਸ ਨਾਮ ਖੁਦਾ ਦਾ ਰਹਿਣਾ ਤੁਰ ਜਾਣੇ ਨੇ ਸਭ ਰੰਗ ਰੰਗੀਲੇ ਬਸ ਨਾਮ ਖੁਦਾ ਦਾ ਰਹਿਣਾ ਤੇ ਦਮ ਦਮ ਨਾਲ ਮੁਹੰਮਦ ਬਖਸ਼ਾ ਅਸੀਂ ਅੱਲਾ ਹੀ ਅੱਲਾ ਕਹਿਣਾ ਤੈ ਨਾ ਕਰ ਬੰਦਿਆ ਹੈ ਤੂੰ ਮੇਰੀ ਮੇਰੀ ਨਾ ਕਰ ਬੰਦਿਆ ਤੂੰ ਮੇਰੀ ਮੇਰੀ ਨਾ ਤੇਰੀ ਨਾ ਮੇਰੀ ਚਾਰ ਦਿਨਾਂ ਦਾ ਦੁਨੀਆ ਮੇਲਾ ਤੇ ਫਿਰ ਮਿੱਟੀ ਦੀ ਤੇਰੀ ਆ ਮੀਆਂ ਸਾਹਿਬ ਕਹਿੰਦੇ ਸਭ ਨੇ ਚਲਾ ਜਾਣਾ ਦਿਲ ਨਮਾਜ਼ ਵਿੱਚ ਮੀਆਂ ਸਾਹਿਬ ਨੇ ਕਿਸੇ ਨੂੰ ਰੋਂਦਾ ਤੱਕਿਆ ਤਾਂ ਉਹਨੂੰ ਕੀ ਕਹਿੰਦੇ ਕਿ ਨਾਰੋ ਚੱਲਿਆ ਮੌਤ ਦਾ ਸੁਣ ਕੇ ਨਾਰੋ ਚੱਲਿਆ ਮੌਤ ਦਾ ਸੁਣ ਕੇ ਤੇ ਨਾ ਰੋੜ ਅੱਖੀਆਂ ਚੋ ਪਾਣੀ ਕਿਉਂਕਿ ਟੁਰ ਗਏ ਨਬੀ ਮੁਹੰਮਦ ਸਰਵਰ ਇਹ ਮਨ ਤਕਦੀਰ ਰਬਾਨੀ ਤੇ ਮਾੜ ਨਾ ਕਰੀਏ ਰੂਪ ਗੜੇ ਦਾ ਕਰੀਏ ਰੂਪ ਗੜੇ ਦਾ ਇੱਥੇ ਵਾਰਸ ਕੌਣ ਹੁਸਨ ਦਾ ਅੱਛਾ ਜੀ ਤਾਂ ਕੀ ਰਿਹਾ ਕਿ ਹੁਣ ਅਸੀਂ ਸਾਰੇ ਜਿਹੜੇ ਹਨ ਉਸਮਾਨ ਭਾਈ ਵੀ ਮੌਜੂਦ ਹਨ ਤੇ ਜਾ ਹੀ ਰਿਹਾ ਪੈਦਲ ਠੀਕ ਹੈ ਇਹਨਾਂ ਨੇ ਗਾਉਣੀ ਤਰਫ ਭਾਈ ਜੀ ਕੀ ਹਾਲ ਹੈ ਸੋਹਣਾ ਠੀਕ ਹੋਣਾ ਠੀਕ ਹੈ ਨਾਂ ਨਾਂ ਕਿਆ ਸੋਹਣਾ ਮਾੜਾ ਨਾਮ ਮੋਹਿਨ ਹੈ ਮੋਹਿਨ ਠੀਕ ਹੈ ਇਹਨਾਂ ਦਾ ਮੋਹਿਤ ਜੀ ਜੀ ਭਈਏ ਦੋ ਜੀ ਭਰਾਈ ਠੀਕ 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 ਜ਼ਬਰਦਸਤ ਹੁਣ ਮੋਹਿਤ ਭਾਈ ਅਸਾਂ ਕਿਹੜੀ ਜਗ੍ਹਾ ਆਏ ਆ ਇਹ ਕਾਕਰਾ ਟਾਊਨ ਦਾ ਸਕੂਲ ਹੈ ਅੱਛਾ ਤੇ ਬੜਾ ਪੁਰਾਣਾ ਸਕੂਲ ਹੈ ਠੀਕ ਤੇ ਇੱਥੇ ਬੜੇ ਭੈਣ ਭਰਾ ਇਤੂ ਪੜੀ ਦਾ ਐਗਜ਼ਾਮ ਗਏ ਅੱਛਾ ਅੱਛਾ ਜੀ ਗਵਰਨਮੈਂਟ ਮਸਜਿਦ ਪ੍ਰਾਇਮਰੀ ਸਕੂਲ ਅੱਛਾ ਅੱਛਾ ਇਹ ਨਾਮ ਹੈ ਮਸਜਿਦ ਕੀ ਨਾਮ ਹੈ ਸੁਣਾ ਬਾਬੇ ਅਸੀਂ ਪ੍ਰਾਇਮਰੀ ਤੱਕ ਇੱਥੇ ਹੀ ਪੜਿਆ ਇਸ ਸਕੂਲ ਹਾਂ ਇਹ ਕਿੰਨਾ ਕੁ ਪੁਰਾਣਾ ਸੀ ਤਕਰੀਬਨ ਤੋਂ ਤਕਰੀਬਨ 50-60 ਸਾਲ ਪੁਰਾਣਾ ਸੀ ਅੱਛਾ ਅੱਛਾ ਸੋ ਇਸ ਨੇ ਆਲਾ ਤੋਂ ਸੁਣ ਤੱਕ ਨਹੀਂ ਸੁਣਾ ਠੀਕ ਹੈ ਤਕਰੀਬਨ ਇਹ ਦੋ ਤਰ੍ਹਾਂ ਕਮਰੇ ਸਾਰੇ ਜਿਹੜੇ ਨੇ ਬੰਦੇ ਵੇਨ ਸੋ ਐ ਚੈੱਕ ਕਰੋ ਹਾਂ ਕਿਹੜੇ ਕਿਹੜੇ ਬੰਦੇ ਨਹੀਂ ਤੇ ਯਾਦਾਂ ਇਸ ਸਕੂਲਾਂ ਨਾਲ ਵਾਪਸ ਤਾਂ ਲਾਜ਼ਮੀ ਜਨਾਬ ਕਮੈਂਟ ਕਰੇ ਜਿਹੜੇ ਇਥੇ ਦੇ ਲੋਕ ਵੀ ਤਕੀਰੇ ਨੂੰ ਖਾਸ ਕਰੀ ਜਿਹੜੇ ਨਾ ਪਰਦੇਸ ਵਿੱਚ ਨਹੀਂ ਇਸ ਟਾਈਮ ਚਲੋ ਜੀ ਇਸ ਟਾਈਮ ਤਾਂ ਬਿਲਕੁਲ ਬੰਦ ਹੈ ਕਿਉਂਕਿ ਸ਼ਾਮ ਦਾ ਟਾਈਮ ਹੈ ਸੋ ਐ ਚੈੱਕ ਕਰੋ ਹਾਂਜੀ ਸੋਨੀ ਵਾਰੀ ਕੌਣ ਸਨ ਚਲੋ ਅੱਛਾ ਇਹ ਗੱਲ ਹੈ ਮੈਂ ਵੀ ਯਕੀਨ ਕਰੋ ਕਿ ਮੈਂ ਆਪਣੇ ਤਕਰੀਬਨ 10 ਸਾਲ ਜ਼ਿੰਦਗੀ ਨੇ ਦੁਲਿਆ ਜੱਟਾਂ ਸਕੂਲਾਂ ਦੇ ਅੰਦਰ ਪੜ੍ਹਿਆ ਤਾਂ ਮੈਂ ਜ਼ਿਲ੍ਹਾ ਵੀ ਜਾਣਾ ਮਾੜੀ ਅੱਖਾਂ 'ਚ ਅਥਰੂ ਆਈ ਜਾਣੇ ਹੋਣਾ ਕਿਉਂਕਿ ਬੰਦਾ ਆਪਣੇ ਦੋਸਤਾਂ ਕੀ ਮਿਸ ਕਰਨਾ ਵਾ ਜਿਹੜੇ ਕਿ ਇਸ ਟਾਈਮ ਕੋਈ ਤਾਂ ਮਾੜੇ ਦੋਸਤ ਸੰਗ ਲੈਣ ਗਏ ਠਹਿਰੇ ਕੋਈ ਕੁਦਰ ਹੈ ਕੋਈ ਕੁਦਰ ਹੈ ਸਮਝ ਗਏ ਨਾ ਕਿ ਭਾਈ ਇੱਕ ਕਿਸਮ ਨੇ ਅਸਾਂ ਜੁਦਾ ਹੋ ਗਏ ਇੱਕ ਦੂਜੇ ਤੋਂ ਸਮਝ ਗਏ ਤਾਂ ਤੁਸੀਂ ਵੀ ਜਨਾਬ ਸਰੀ ਯਾਦਾਂ ਇਸ ਸਕੂਲਾਂ ਦਾ ਵਬਸਤਾ ਹੋ ਸਨ ਯਾਰ ਇਹ ਹਾਲੀ ਮੁੜਿਆ ਨਾ ਵੈ ਨਾ ਮਿਕਸ ਹੀ ਹੈ ਅੱਛਾ ਜੀ ਠੀਕ ਹੈ ਬੱਚੀਆਂ ਨਾਲ ਵੀ ਨਾਲ ਹੀ ਹੈ ਐ ਤਾਂ ਕਹੋ ਮੈਂ ਅਗਰ ਕਸ ਘੁਮਾ ਸੀ ਤਾਂ ਸਾਣਾ ਨਜ਼ਾਰਾ ਇੱਥੇ ਬੜਾ ਸੋਹਣਾ ਹੈ ਕਹਿ ਰਹੇ ਮੋਹਿਤ ਭਾਈ ਬਹੁਤ ਖੂਬਸੂਰਤ ਨਜ਼ਾਰਾ ਵੈ ਕਿਆ ਹੀ ਬਾਤ ਹੈ ਜਨਾਬ ਐ ਤਾਂ ਕਹੋ ਨਾਲ ਹੀ ਸਾਹਮਣੇ ਪਾਰ ਠੀਕ ਹੈ ਇਹ ਵੀ ਇਸ ਕਾਕਰਾ ਟਾਊਨ ਵਿੱਚ ਨਾਮ ਹੋਇਆ ਭਾਈ ਇਹ ਬੁੰਦੇ ਕਸ ਗੁੰਮਾ ਅੱਛਾ ਪਰ ਇਹ ਕੋਟੀਆਂ ਜਿਹੜੀਆਂ ਨੇ ਇਹ ਲੀਆਂ ਪਾਰ ਇਹ ਕਸ ਗੁੰਮਾ ਹੀ ਹੈ ਅੱਛਾ ਕਸ ਗੁੰਮਾ ਜੀ ਸ਼ੁਕਰ ਠੀਕ ਠੀਕ ਸਾਹਮਣੇ ਪਾਰ ਹੈ ਤੁਕੋਂ ਕਸ ਗੁੰਮਾ ਵੀ ਯਕੀਨ ਕਰੋ ਕਿ ਬੜਾ ਖੂਬਸੂਰਤ ਇਲਾਕਾ ਥਾਤੀ ਬਗਾਲੀ ਅੱਛਾ ਮਾਵਾ ਠੀਕ ਹੈ ਇਸ ਤੋਂ ਬਾਅਦ ਪੋਪੋਠਾ ਹਾਂ ਜ਼ਬਰਦਸਤ ਮੀਰੂ ਨਾ ਮੋੜਾ ਕੀ ਬਾਤ ਹੈ ਵਸ ਲੱਗਦਿਆਂ ਕੋਈ ਪਰਦੇਸ ਨਹੀਂ ਜਾਂਦਾ ਉਹ ਮੇਰਾ ਚੰਨ ਮਜਬੂਰੀਆਂ ਹੁੰਦੀਆਂ ਨੇ ਤੂੰ ਵਤਨ ਛੋੜ ਕੇ ਵੇਖ ਤੇ ਸੀ ਕੀ ਵਤਨ ਤੂੰ ਦੂਰੀਆਂ ਹੋ ਦੀਆਂ ਨੇ
ਕੁਝ ਨਾ ਲੱਗਦੇ ਅਸਾਂ ਕਿਸੇ ਦੇ ਕੁਝ ਨਾ ਲੱਗਦੇ ਨਾ ਕੋਈ ਸਾਡਾ ਦਰਦੀ ਇਸੋਂ ਕੱਢ ਕੇ ਪਰਦੇਸੀ ਕੀਤਾ ਵਾ ਮੌਲਾ ਤੇਰੀ ਮਰਜ਼ੀ ਅਦਲ ਕਰੀ ਓ ਰੱਬਾ ਅਦਲ ਕਰੀ ਤੂੰ ਮੇਰਾ ਚਮਨ ਦੇ ਸੁੱਕ ਮੁੱਕ ਗਏ ਉਹ ਗੁਲ ਨਾ ਰਹੇ ਗੁਲਜ਼ਾਰ ਨਾ ਰਹੇ ਬਿਨ ਮਤਲਬ ਸੀਨੇ ਨਾਲ ਜੋ ਲਾਵੇ ਉਹ ਦਿਲ ਨਾ ਰਹੇ ਦਿਲ ਦਾ ਫਿਲਹਾਲ ਅਸਾਂ ਇੱਥੇ ਟੋਪਰ ਹੀ ਮੌਜੂਦ ਹਾਂ ਇੱਥੇ ਇੱਕ ਹੋਰ ਬੜੀ ਯੂਨੀਕ ਜੀ ਮੈਂ ਇਸ ਚੀਜ਼ ਦੱਸਾਂ ਇਸ ਸਾਈਡ ਤੋਂ ਤਾਂ ਚਾਚਾ ਔਰ ਬੈਠੇ ਹੋਏ ਨਾਲ ਜਿਹੜੀ ਰੇਹੜੀ ਆ ਉਹ ਲਾਈ ਹੋਈ ਹੈ ਔਰ ਯੂਨੀਕ ਚੀਜ਼ ਇਹ ਆ ਕਿ ਜੇ ਰੇਹੜੀ ਆ ਨਾ ਤੱਕੋ ਹਾਂ ਮਰੁੰਡਿਆਣੀ ਸਲਾਮ ਅਲੈਕੁਮ ਚਾਚਾ ਕੀ ਹਾਲ ਆ ਜੀ ਠੀਕ ਹੋ ਹਰੀਅਤ ਅਸੀਂ ਠੀਕ ਹੈ ਨਾ ਤਾਂ ਬਾਕੀ ਚਾਚਾ ਹੋਰ ਸੁਣੋ ਇਹ ਕਿੰਨਾ ਸਾ ਯਾਨੀ ਰੇਹੜੀ ਲਾਏ ਇੱਥੇ ਦੂਆ ਤ੍ਰੀਆ ਸੀਜ਼ਨ ਠੀਕ ਹੈ ਜਨਾਬ ਤਕਰੀਬਨ ਕਾਕਰਾ ਟਾਊਨ ਦੇ ਅੰਦਰ ਸਮਝੀ ਗਏ ਇਹ ਜਨਾਬ ਗੁਜਰਾਤ ਨੇ ਸੋ ਇੱਥੇ ਜਨਾਬ ਇਹ ਸੇਲ ਕਰੀ ਰਹੇ ਚੈੱਕ ਕਰੋ ਇੱਕ ਤਾਂ ਇਹ ਆਪਣਾ ਟਾਈਮ ਪਾਸ ਕਰੀ ਰਹੇ ਦੂਆ ਨੰਬਰ ਕਾਰੋਬਾਰ ਕਰੀ ਰਹੇ ਜਿਹੜੀ ਮੇਨ ਜਿਹੜੀ ਬੜੀ ਚੀਜ਼ ਹੈ ਸਮਝੀ ਗਏ ਨਾ 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 ਚਾਚਾ ਇਹ ਕੁਛ ਨੀ ਕੋਠੀ ਹੈ ਅੱਛਾ ਅੱਛਾ ਇੰਗਲੈਂਡ ਹੋਣੇ ਨੇ ਤੇ ਇਸ ਕੋਠੀ 20 ਸਾਲ ਹੋ ਗਏ ਨੇ ਸੋਈ ਹੁਣ ਚਾਚੇ ਨਹੀਂ ਹੈ 20 ਸਾਲ ਹੋ ਗਏ ਆ ਤਾਂ ਕੋਣ ਉਹ ਅਸ਼ਨੇ ਨੇ ਦਵਾਂ ਤਰਿਆਂ ਦਿਹਾੜਿਆਂ ਦੇ ਅੱਛਾ ਚਾਚੇ ਮਰੁੰਡਿਆ ਵੀ ਬਣਾਈ ਹੈ ਕੋਈ ਨਾ ਇਤਨਾ ਵੀ ਨਹੀਂ ਤਾਂ ਬਾਕੀ ਹੈ ਕਿ ਮਾਸ਼ਾਅੱਲਾ ਚੈੱਕ ਕਰੋ ਹਾਂ ਆ ਤਾਂ ਕੋ ਚਾਚਾ ਇਹ ਗੁਜਰਾਤ ਨੇ ਨੇ ਕੁਦਰੇ ਨੇ ਨਾ ਮੁੰਡੇ ਗੁਜਰਾਤ ਦੇ ਮਰੁੰਡੇ ਜੀ ਉਥੋਂ ਇਹ ਸਪੈਸ਼ਲ ਮੰਗਵਾਉਣੇ ਹੋ ਵਜ਼ੀਰਾਬਾਦ ਮੰਗਵਾਉਣੇ ਜੀ ਪਰ ਅੱਛਾ ਅੱਛਾ ਅਣੇ ਵਜ਼ੀਰਾਬਾਦ ਮੰਗਵਾਉਣਾ ਜੀ ਜ਼ਰੂਰ ਬਾਕੀ ਚਾਚੇ ਦਾ ਮਰੁੰਡਾ ਬੜਾ ਮਸ਼ਹੂਰ ਮਰੁੰਡਾ ਅੱਛਾ ਜ਼ਬਰਦਸਤ ਹੋ ਗਿਆ ਜੀ ਵੀਆਈਪੀ ਮਰੁੰਡਾ ਮਾਰਾ ਥਾ ਕੈਮਰਾ ਚੈੱਕ ਕਰੋ ਚਾਚਾ ਕਿੰਨੇ ਨਾ ਇਹ ਜੇ ਤੁਸੀਂ 450 ਸੁਣੋ ਜੇ ਤੁਸੀਂ ਚਾਹੀਦੇ ਹੋਣ ਤੁਸੀਂ ਪਬਲਿਕ ਹੁਣ ਸਜਾਈ ਰਿਹਾ ਵਾਪਸ ਬਾਜ਼ਾਰ ਦੀ ਤਰਫ ਔਰ ਇਸ ਟਾਈਮ ਤਕਰੀਬਨ ਲਾਲਾ ਸੱਜੜੀ ਕਾ ਸਕੋਲ ਆਣਾ ਜੜੀ ਕਾ ਸੋ ਥੋੜਾ ਜਿਹਾ ਪਿੱਛੇ ਥੋੜਾ ਅੱਛਾ ਜੜੀ ਕਾ ਸੋ ਜਿੱਥੇ ਮੇਨ ਜੜਾ ਹੈ ਨਾ ਕਾਕਰਾ ਟਾਊਨ ਸ਼ੁਰੂ ਹੋਣਾ ਹੈ ਨਾ ਅਸਾਂ ਇਸ ਜਗ੍ਹਾ ਮੌਜੂਦ ਆ
ਜਿਹੜੀ ਮੇਨ ਰੋਡ ਹੈ ਪਰ ਸ਼ਾਰਟ ਅੱਛਾ ਅੱਛਾ ਇਹ ਹੋਗਾ ਠੀਕ ਹੈ ਲੋਕੇਸ਼ਨ ਹੋ ਅਗਰ ਮੈਂ ਇਸੇ ਦੱਸਣਾ ਲਾਣਾ ਹੁਣ ਇਹ ਸਾਈਡ ਹੈ ਇਹ ਜਨਾਬ ਪੀਜ਼ਾ ਨਹੀਂ ਜਿਹੜੀ ਨੇ ਸ਼ੌਪ ਔਰ ਇਹ ਸਾਈਡ ਜਿਹੜਾ ਅਮਸ਼ਕ ਸਾਨੀਆ ਮੋਟਰ ਕਿਆ ਨਾਮ ਹੈ ਸਾਨੀਆ ਮੋਟਰ ਦਾ ਜ਼ਬਰਦਸਤ ਆ ਤਾਂ ਕੋ ਹਲਾ ਡੇਮਨ ਕਿਆ ਹੀ ਖੂਬਸੂਰਤ ਨਜ਼ਾਰਾ ਆ ਮਾਸ਼ਾਅੱਲਾ ਇਹ ਸਾਰਾ ਜਨਾਬ ਇਹ ਸਾਰਾ ਜਿਹੜਾ ਏਰੀਆ ਹੈ ਨਾ ਇਹ ਕਾਕਰਾ ਟਾਊਨ ਦੇ ਅੰਦਰ ਹੀ ਅਸ਼ਨਾ ਆ ਸਮਝ ਗਿਆ ਹੁਣ ਅਗਾ ਜੁਲੇ ਦੀ ਲਾਈਟਿੰਗ ਹੋਈ ਵੀ ਹੈ ਬਾਜ਼ਾਰ ਦੇ ਅੰਦਰ ਇਹ ਮੈਂ ਇਸੇ ਸੁਣਾਇਆ ਕਿ ਕਿਹੋ ਜਿਹੀ ਹੋਈ ਹੈ ਮਾਸ਼ਾਅੱਲਾ ਜੀ ਤੱਕੋ ਹਾਂ ਕਿਤੇ ਖੂਬਸੂਰਤ ਜਿਹੜੀ ਲਾਈਟਿੰਗ ਅੱਗੇ ਜਿਹੜੀ ਮੇਨ ਜਿਹੜੀ ਲਾਈਟਿੰਗ ਹੈ ਉਹ ਬਾਜ਼ਾਰ ਦੇ ਅੰਦਰ ਹੈ ਔਰ 12 ਰਬੀ ਲਵਲ ਲੜਾ ਵਜ਼ੀਰ ਜ਼ਿਆਦਾ ਸਿੱਕੂ ਜਿਹੜੀ ਨੇ ਨਾ ਪੱਟੀ ਹੋਈ ਹੈ ਫਿਲਹਾਲ ਜਿਹੜੀ ਹੈ ਨਾ ਦੇਸੀਆਂ ਸਾਡੇ ਯਾਰ ਕਸ਼ਮੀਰ ਵਸਦੇ ਉਹ ਅਸਾਂ ਪਰਦੇਸੀਆਂ ਸਾਡੇ ਯਾਰ ਕਸ਼ਮੀਰ ਵਸਦੇ ਹਾਂਜੀ ਉਸਮਾਨ ਭਾਈ ਹਾਂਜੀ ਇਸ ਟਾਈਮ ਜਨਾਬ ਬਿਲਕੁਲ ਆਈ ਸਕੇ ਹਾਂ ਸਭ ਬਾਜ਼ਾਰ ਦੇ ਅੰਦਰ ਯਕੀਨ ਕਰੋ ਕਿ ਬੜੀ ਖੂਬਸੂਰਤ ਜਿਹੜੀ ਹੈ ਨਾ ਲਾਈਟਿੰਗ ਹੋਈ ਵੀ ਹੈ ਠੀਕ ਹੈ ਅਸੀਂ ਪਤਾ ਕਿ ਰਿਸੈਂਟਲੀ 12 ਰਬੀ ਉਲਵਲ ਉਹ ਦਿਨ ਗੁਜ਼ਰਿਆ ਹੈ ਬਹੁਤ ਹੀ ਜਨਾਬ ਆ ਬਰਕਤ ਦਿਨ ਉਸ ਦੀ ਵਜ੍ਹਾ ਤੋਂ ਇਹ ਮਹੀਨਾ ਵੀ ਜਿਹੜਾ ਤੁਸੀਂ ਪਤਾ ਆ ਕਿ ਬਹੁਤ ਹੀ ਬਰਕਤਾਂ ਲਾਵਾ ਉੱਪਰ ਬਾਬੇ ਮਾਰੋ ਪਹਿਲਾਂ ਖਾਣਾ ਕਾਬਾ ਟਾਈਪ ਬਣਾਇਆ ਹਾਂ ਜ਼ਬਰਦਸਤ ਹੈ ਦੇਖੋ ਇਸ ਸਾਈਡ ਤੋਂ ਤੱਕ ਨਿਆ ਸੋ ਇਸ ਸਾਈਡ ਹੈ ਜਨਾਬ ਹੋਟਲ ਸਾਰੇ ਜਿਹੜੇ ਬਜ਼ੁਰਗ ਸਰਾਤ ਹਨ ਇਹ ਬੈਠੇ ਹੋਏ ਨੇ ਔਰ ਇਸ ਸਾਈਡ ਹੈ ਜਨਾਬ ਲਾਈਟਿੰਗ ਜਿਹੜੀ ਮੇਨ ਜਿਹੜੀ ਲਾਈਟਿੰਗ ਹੈ ਸੁਮਨ ਭਾਈ ਅੱਗੇ ਜਿਹੜੀਆਂ ਨੇ ਥੋੜੀ ਥੋੜੀ ਹਾਲੀ ਬਿਲਕੁਲ ਅੱਗੇ ਲਾਈਟਾਂ ਫਿਰ ਵੀ ਲੱਗੀਆਂ ਬਿਲਕੁਲ ਬਿਲਕੁਲ ਮਾਸ਼ਾਅੱਲਾ ਬਿਹਤਰੀਨ ਕੋਸ਼ਿਸ਼ ਕਾਵਿਸ਼ ਹੈ ਸਜਾਵਟ ਲੋਕ ਕਾਫੀ ਜ਼ਿਆਦਾ ਕਰਨੇ ਕਿ ਸਾਡੀ ਜਿਹੜੀ ਜਨਰੇਸ਼ਨ ਇਸ ਕੀ ਯਾਦ ਰਹਿ ਕੇ ਇਹ ਜਿਹੜਾ ਦਿਨ ਹੈ ਨਾ ਦਿਨ ਹੈ ਇਹ ਗੱਲ ਅਗਰ ਇਸ ਕੀ ਇਸ ਤਰੀਕੇ ਨਾ ਸਜਾਵਟ ਕੀਤੀ ਜਾਏ ਤਾਂ ਯਕੀਨ ਕਰੋ ਕਿ ਸਾਡੇ ਅਸਲ ਜਿਹੜੀ ਜਨਰੇਸ਼ਨ ਹੈ ਬਿਲਕੁਲ ਭੁੱਲੀ ਜਾਏ ਮੈਂ ਅਸਾਂ ਜਿਹੜੀ ਈਦ ਮਿਲਾਦੁਨ ਨਬੀ ਹੈ ਨਾ ਅਸਾਂ ਆਪਣੀ ਈਦ ਕੰਸੀਡਰ ਕਰਨੇ ਆ ਇਹ ਗੱਲ ਹੈ ਇਹ ਗੱਲ ਹੈ ਈਦੀ ਤੋਂ ਵੀ ਵੱਧੀ ਦਾ ਅਸਾਂ ਈਦੀ ਤੋਂ ਵੱਧੀ ਕੇ ਅਸੀਂ ਸੈਲੀਬ੍ਰੇਟ ਕਰਨੇ ਆ ਪਿਆਰ ਮੁਹੱਬਤ ਨਾਲ ਇੱਕ ਮੌਜ਼ਬ ਜਿਹਾ ਸਾਡਾ ਰਿਸ਼ਤਾ ਨਬੀ ਕਰੀਮ ਸੱਲਮ ਨੇ ਮਿਲਾਦੁਨ ਨਾਲ ਦਿਹਾੜਾ ਬਿਲਕੁਲ ਅਸਾਂ ਵਾਸਤੇ ਬਾਈ ਸੇ ਫਖਰ ਹੈ ਅਸਾਂ ਬੜਾ ਜੀ ਐਪਰੀਸ਼ੀਏਸ਼ਨ ਦੇ ਤੌਰ ਤੇ ਇਹ ਗੱਲ ਹੈ ਬਾਕੀ ਹੈ ਕਿ ਐਸ ਇੰਜਰ ਮਾਸ਼ਾਅੱਲਾ ਤੱਕੋ ਬਾਹਰ ਵੀ ਸਾਹਮਣੇ ਹੋਟਲ ਆ ਹੋਰ ਮੈਂ ਤੱਕਣਾ ਪਿਆ ਇਸ ਹੋਟਲ ਜਿਹਾ ਨਹੀਂ ਉਹ ਕਾਫੀ ਜ਼ਿਆਦਾ ਨਹੀਂ ਖੈਪਰ ਵੀ ਹੋਟਲ ਹੈ ਇਸ ਸਾਈਡ ਵੀ ਇਹ ਵੀ ਹੋਟਲ ਹੈ ਔਰ ਪਰ ਵੀ ਜਿਹੜਾ ਲੱਗਾ ਹੋਟਲ ਹੈ ਇਹ ਦੇਖੋ ਰਾਤ ਦੇ ਮੈਂ ਕਿਆ ਹੀ ਮਨਾ ਜਾਣਾ ਦਿਹਾੜੀ ਸਾਰੀ ਤੋਂ ਗੁਜ਼ਰੇ ਹਨ ਦਿਹਾੜੀ ਦਾ ਯਕੀਨ ਕਰੋ ਗਰਮੀ ਕਾਫੀ ਜ਼ਿਆਦਾ ਸੀ ਲੇਕਿਨ ਇੱਕ ਰਾਤੀ ਇਸ ਨਾਲ ਖੂਬਸੂਰਤੀ ਪੂਜਾ ਹੈ ਔਰ ਅੱਜ ਨਾਲ ਜਿਹੜਾ ਵਲੋਗ ਸੀ ਨਾ ਅਸਾਂ ਇੱਥੇ ਨਾਲ ਬਣਾਇਆ ਹੈ ਉਮੀਦ ਕਰਨਾ ਇਹ ਜਿਹੜਾ ਵਲੋਗ ਹੈ ਤੁਸੀਂ ਪਸੰਦ ਆਇਆ ਸੀ ਇਸ ਨਾਲ ਮੀਂਹ ਦੋ ਇਜਾਜ਼ਤ ਆਪਣਾ ਬਹੁਤ ਸਾਰਾ ਖਿਆਲ ਰੱਖੇ ਮਿਗੀ ਆਪਣੀ ਨਵਾਜ਼ ਜਨਾਬ ਯਾਦ ਰੱਖੇ ਅੱਲਾ ਸੁਣਨ ਵਾਲਾ।